डर नहीं कहे दा सानू पाओ नहीं असीं ललकार के आने है गल जिहड़ी सच्ची गल आ कहने नूं रुक के भावें साडा शरीर उठ जाए लक्कड़ दा मुंडा दिंदे ना दुद्ध चुंगे ते ना रोवे बीबी भागी क्या आ ओ नहीं कदे आके खड़ी हरजिंदर कौर हां आईया कितने उदो आईया जदों वोटां लैणियां सी अपने कोल शराब दे ठेके खुले होए दो घोड़ियां दे दंद देख ले तीजी घोड़ी दे दंद देखे जाण बाली वधिया गल आ ₹3,000 जिकरी मर जाना सी घटा ढोंदिया ने साडी कोई सुनवाई नहीं कोई लैना नहीं देना नहीं। की बनू ऐतकी फिर की बनना बनाना जनता दे नाल ही है जी हाँ। जिधर जनता उधर असी हाँ। हुण क्या गल पर आए गल आ हुण जिहड़ियां वोटां पैंदियां आ हुणे असी जीने आ ਐਦੂ ਪਹਿਲਾਂ ਅਸੀਂ ਜਮਾ ਹੀ ਨਹੀਂ ਦੀਂਦੇ ਹਾਂ ਜਮਾ ਨਹੀਂ ਕਿਸੇ ਨੂੰ ਵੀ ਦੀਂਦੇ ਚਾਹੇ ਕਾਂਗਰਸ ਆ ਚਾਹੇ ਅਕਾਲੀ ਆ ਕੋਈ ਵੀ ਆ ਮੈਂ ਲਾ ਕੇ ਨਹੀਂ ਇਹ ਗੱਲ ਕਹਿੰਦਾ ਸਾਡਾ ਕੋਈ ਗਰੀਬਾਂ ਦੀ ਸੁਣਵਾਈ ਨਹੀਂ ਇੱਥੇ ਬਸ ਤੈਨੂੰ ਮੈਂ ਦੱਸਾਂ ਗੱਲ ਕੋਈ ਨਾ ਇੱਥੇ ਵੋਟ ਪਾਉਣੀ ਪਾਉਣੀ ਆ ਜਿਹੜੇ ਪਹਿਲਾਂ MLA ਜਿੱਤੇ ਉਹ ਆਏ ਪਿੰਡ 'ਚ ਨਾ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਸਾਡੀ ਕਿਸੇ ਨੇ ਖਬਰਸਾਰ ਲਈ ਹੋਵੇ ਪਰ ਲੱਗਦਾ ਕੋਈ ਬਾਹ ਫੜੂ ਗਰੀਬਾਂ ਦੀ ਇਹ ਤਾਂ ਮਹਾਰਾਜ ਨੂੰ ਪਤਾ ਜਿਹੜਾ ਬਣ ਜਾਂਦਾ ਉਹੀ ਬਸ ਉਹ ਬਣ ਜਾਂਦਾ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਵਰਗਿਆਂ ਨੂੰ ਕਿਹੜਾ ਸਹਿਣਦਾ ਹਾਂ ਗਰੀਬਾਂ ਨੇ ਕੀ ਨਾ ਚੱਕਣਾ ਜਿਹੜੇ ਉਹ ਮਨਜੀਤ ਸਿੰਘ ਬਲਾਸਪੁਰ ਜਿੱਤੇ ਸੀ ਆਏ ਨਹੀਂ ਨਾ ਜਾਣਦੇ ਨਹੀਂ ਤੁਸੀਂ ਮੈਂ ਤਾਂ ਜਾਣਦਾ ਹੀ ਨਹੀਂ ਲਾ ਪਹਿਲਾਂ ਬਾਹਲੀ ਗੱਲ ਕੀ ਆ ਉਹ ਬੀਬੀ ਭਾਗੀ ਕਿਆ ਆ ਉਹ ਨਹੀਂ ਕਦੇ ਆ ਕੇ ਖੜੀ ਰਜਿੰਦਰ ਕੌਰ ਹਾਂ ਆਈ ਆ ਕਿਤੇ ਉਦੋਂ ਆਈ ਆ ਜਦੋਂ ਵੋਟਾਂ ਲੈਣੀਆਂ ਸੀ ਆਪਣੇ ਕੋਲੋਂ ਜ਼ਿੰਦਗੀ ਨਹੀਂ ਨਿਗਾਲੀ ਜਵਾਕਾਂ ਦਾ ਵਿਚਾਰਿਆਂ ਦਾ ਬੁਰਾ ਹਾਲ ਆ ਬਿੱਲ ਬੁੱਲ ਮਾਫ ਹੋਏ ਕੋਈ ਹੋਰ ਸਹੂਲਤ ਮਿਲੀ ਪੈਨਸ਼ਨ ਲੱਗੀ ਵੀ ਆ ਹਾਂ ਪੈਨਸ਼ਨ ਲੱਗੀ ਵੀ ਆ ਮਿਲਦੀ ਆ ਅੱਛਾ ਹਾਂ ਜੀ ਮਿਲਦੀ ਆ ਜੀ ਤੇ ਆ ਕਹਿੰਦੇ ਸੀਗੇ ਵੀ ਜਿਹੜੇ ਤੁਸੀਂ ਆਹ ਬਿਜਲੀ ਬਾਰੇ ਕਹਿੰਦਾ ਸੀ ਵੀ ਤੁਹਾਨੂੰ ਮਾਫ ਕਰ ਦਿਆਂਗੇ ਉਹ ਸਾਨੂੰ ਬਿੱਲ ਜਾ ਆ ਜਾਂਦਾ ਅਸੀਂ ਫੜ ਕੇ ਰੱਖ ਲੈਂਦੇ ਹਾਂ ਜੀ ਤੇ ਫਿਰ ਮਾਫ ਕਰਨਗੇ ਫਿਰ ਦੇਖੀ ਜਾਊ ਕਹਿੰਦੇ ਆ ਕੇ ਮਾਫ ਕਰਾਂਗੇ ਪੀਣ ਵਾਲਾ ਪਾਣੀ ਪੂਣੀ ਵਧੀਆ ਮਿਲਦਾ ਵਾਟਰ ਵਰਕਸ ਹਾਂ 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 ਮੋਟਰ ਲੱਗੀ ਵੀ ਆ ਮੋਟਰ ਅੱਛਾ ਮੋਟਰ ਲੱਗੀ ਵੀ ਆ ਹਾਂਜੀ ਸਰਕਾਰ ਨੇ ਲਵਾਣਾ ਹਾਂ ਹਾਂ ਸਰਕਾਰੀ ਆ ਜੀ ਨਾ ਸਰਕਾਰੀ ਨੇ ਆਪਣੇ ਤਾਂ ਸੱਚ ਬਲਜੀਤੇ ਨਾਲ ਲਵਾ ਕੇ ਦਿੱਤੀ ਸੀ ਮੈਂ ਤੁਹਾਨੂੰ ਕਿਤੇ ਨਹੀਂ ਅੱਗੋਂ ਪਾਣੀ ਦੀ ਸਪਲਾਈ ਵਧੀਆ ਪਾਣੀ ਦੀ ਹਾਂ ਤੇ ਜੇ ਚੰਨੀ ਸਾਹਿਬ ਕਹਿੰਦੇ ਇੱਕ ਘਰ ਕਰ ਦੇ ਰਹੇ ਆ ਘਰ ਕਰ ਮਿਲੇ ਕੋਈ ਆਪਦੇ ਘਰ ਹੈਗੇ ਸਾਡੇ ਕੋਲ ਘਰ ਨਾ ਮੈਂ ਕਹਿੰਦਾ ਕਿਤੇ ਬੈਠਕਾਂ ਲਾ ਇਹ ਤਾਂ ਕਹਿੰਦੇ ਜੇ ਕਿ ਤੁਹਾਨੂੰ ਆਖੇ ਪੰਜ ਪਲਾਟ ਰੱਖੇ ਦੇਵਾਂਗੇ ਇੱਥੇ ਜਗ੍ਹਾ ਪਾਉਣ ਨੂੰ ਗਰੀਬਾਂ ਨੂੰ ਹਾਂ ਕੋਈ ਇੱਥੇ ਪਲਾਟ ਨਹੀਂ ਸਲਾਟ ਨਹੀਂ ਇਹ ਫਿਰ ਜਿਹੜੇ ਏਡੇ ਏਡੇ ਬੋਰਡ ਲਾਉਂਦੇ ਆ ਵੱਡੇ ਸ਼ਹਿਰਾਂ 'ਚ ਵੀ ਆਹ ਦੇ ਤਾ ਆਹ ਦੇ ਤਾ ਇਹ ਤਾਂ ਹੋਰ ਆਏ ਆ ਗੱਲ ਡਾਲਣੇ ਮੈਂ ਹੋਰ ਆ ਬਖਾਲਣੇ ਮੈਂ ਹੋਰ ਆ ਆਹ ਚਾਲ ਫੜੀ ਵੀ ਆ ਇਹਨਾਂ ਦੀ ਤੈਨੂੰ ਮੈਂ ਦੱਸਾਂ ਗੱਲ ਇੱਥੇ ਵੋਟ ਪਾਉਣੀ ਆ ਚਾਹੇ ਚੰਨੀ ਆ ਚਾਹੇ ਕੋਈ ਵੀ ਆ ਮੈਨੂੰ ਐਂ ਦੱਸੋ ਵੀ ਨਿਹਾਲ ਸਿੰਘ ਵਾਲੇ ਜਾਂਦੇ ਹੋ ਸ਼ਹਿਰ 'ਚ ਜਾਂਦੇ ਹੋ ਹਾਂ ਹਾਂ ਜਾਈ ਆਈਦਾ ਉੱਥੇ ਕਿਵੇਂ ਆ ਕੋਈ ਕੰਮ ਕੁੰਮ ਲੱਗਦਾ ਵੀ ਕੰਮ ਹੋਇਆ ਸ਼ਹਿਰ ਦਾ
ਅਸੀਂ ਠੇਕਾ ਇੱਥੇ ਸੀ ਆ ਨੁੱਕਰ ਚ ਲੋਕਾਂ ਨੇ ਸਾਰੇ ਪਿੰਡ ਨੇ ਮਗਰ ਪੈ ਕੇ ਉਹ ਠੇਕਾ ਚੁਕਵਾਇਆ ਵੀ ਇੱਥੇ ਕੁੜੀਆਂ ਬੜੂਆਂ ਦਾ ਪ੍ਰੋਗਰਾਮ ਆ ਜੀ ਇੱਥੋਂ ਠੇਕਾ ਚੱਕਿਆ ਜਾਵੇ ਠੇਕਾ ਚੱਕ ਕੇ ਲੜੋ ਲੜਾਈ ਹੋ ਕੇ ਜੀ ਉਹ ਸੜਕ 'ਤੇ ਜਾ ਵੜਿਆ ਹੁਣ ਪਤਾ ਕੀ ਲੱਛਣ ਆ ਮੈਂ ਗਰੀਬ ਆਦਮੀ ਹਾਂ ਅਤੇ ਮੇਰੇ ਹੀ ਬਾਰ ਮੂਹਰੇ ਆ ਕੇ ਵੇਚਦੇ ਆ ਇੱਥੇ ਕੋਈ ਰਾਜਾ ਨਹੀਂ ਕੋਈ ਬਾਬੂ ਨਹੀਂ ਨਸ਼ਾ ਨਸ਼ਾ ਬਹੁਤ ਆ ਪਿੰਡ 'ਚ ਹਾਂ ਤੈਨੂੰ ਮੈਂ ਦੱਸਾਂ ਗੱਲ ਚੋਰਾਂ ਨਾਲ ਕੁੱਤੀਆਂ ਰਲੀਆਂ ਪਈਆਂ ਕੋਈ ਕਿਸੇ ਨੂੰ ਪੁੱਛਦਾ ਨਹੀਂ ਇੱਥੇ ਸਾਡਾ ਤਾਂ ਆਹੀ ਕੰਮ ਚੱਲੇ ਜਾਵੇ ਨਰੇਗਾ ਦਾ ਜਾਣੇ ਇਹ ਵੀ ਸਾਨੂੰ ਮਸਾਂ ਹੀ ਕੰਮ ਮਿਲਦਾ ਜੀ ਹਾਂ ਸਾਲ ਛੀਆਂ ਮਹੀਨਿਆਂ ਬਾਅਦ ਮਸਾਂ ਹੀ ਕੰਮ ਮਿਲਦਾ ਸਾਨੂੰ ਜਾਣੇ ਇਹ ਹਾਂ ਗਰੀਬਾਂ ਕੰਨੇ ਸਾਡੇ ਕੰਨੇ ਕੋਈ ਨਹੀਂ ਚਾਕਦਾ ਹਾਂ ਕੰਮ ਮਿਲ ਨਹੀਂ ਰਿਹਾ ਨਰੇਗਾ 'ਚ ਨਾ ਹੁਣੇ ਪੰਜ ਛੇ ਦਿਨ ਆ ਛੇ ਦਿਨ ਲੱਗੇ ਆ ਸਾਡੇ ਸਾਰੇ ਛੇ ਦਿਨ ਲੱਗੇ ਆ ਕੰਮ ਤੇ ਕੀ ਕਾਰਨ ਬੰਦ ਕਿਉਂ ਕਾਰਨ ਪਤਾ ਨਹੀਂ ਕੀ ਕਾਰਨ ਆ ਕੀ ਨਹੀਂ ਗਾ ਹਾਂ ਸਾਨੂੰ ਸਬੂਤ ਨਹੀਂ ਮਿਲਦਾ ਸਾਲ ਦੇ ਵਿੱਚ ਬਸ ਜਾਂ ਦੋ ਦਿਨ ਲੱਗਦੇ ਆ ਪਹਿਲਾਂ ਲੋਹੜੀ ਤੋਂ ਪਹਿਲਾਂ ਤਿੰਨ ਦਿਨ ਹੀ ਲੱਗੇ ਆ ਸਾਡੇ ਕੋਈ ਪਾਰਟੀ ਪੂਰਟੀ ਕੋਈ ਲੀਡਰ ਲੂਡਰ ਬਾਂਹ ਫੜ ਰਿਹਾ ਕਿ ਨਹੀਂ ਨਾ ਕੋਈ ਲੀਡਰ ਨਹੀਂ ਫੜਦਾ ਕੋਈ ਪਾਰਟੀ ਨੇ ਬਾਂਹ ਫੜਦੀ ਆ ਸੱਟ ਵੱਜ ਗਈ ਸੀ ਮੇਰੇ ਜਿਹੜੇ ਜਾਣਦੇ ਪਛਾਣਦੇ ਸੀਗੇ ਜਾਣੇ ਉਹ ਨਹੀਂ ਪਤਾ ਲੈਣ ਵੀ ਨਹੀਂ ਆਏ ਇਹ ਵੀ ਆਪਾਂ ਤਾਂ ਕਿਰਾਮ ਵਾਲਿਆਂ ਨੂੰ ਦੇਖਾਂਗੇ ਪਰ ਸਾਡੇ ਇਹਨੇ ਕੀਤਾ ਬਿਲਾਸਪੁਰ ਵਾਲੇ ਨੇ ਕੁਛ ਨਹੀਂ ਪਰ ਐਂ ਤਾਂ ਹੈ ਵੀ ਵੋਟ ਤਾਂ ਉੱਧਰ ਜਾਊ ਅਤੇ ਜੇ ਭਗਵੰਤ ਮਾਨ ਨੂੰ ਚਿਹਰਾ ਮੁੱਖ ਮੰਤਰੀ ਦਾ ਕਰਤਾ ਤਾਂ ਉਹਨੂੰ ਪਾਵਾਂਗੇ ਨਵਜੋਤ ਸਿੱਧੂ ਕਿਵੇਂ ਲੱਗਦੇ ਨੇ ਨਵਜੋਤ ਸਿੱਧੂ ਦਾ ਤਾਂ ਪਤਾ ਹੀ ਆ ਉਹਦਾ ਫਿਰਕੂ ਬੰਦਾ ਉਹਦਾ ਕੀ ਹੈ ਕਦੇ ਉੱਧਰ ਹੋ ਗਿਆ ਛਾਲ ਮਾਰ ਕੇ ਕਦੇ ਉੱਧਰ ਹੋ ਗਿਆ ਛਾਲ ਮਾਰ ਕੇ ਉਹਦਾ ਟੱਬਦਾ ਤੁਰਿਆ ਫਿਰਦਾ ਭਗਵੰਤ ਮਾਨ ਬਣਾਵਾਂਗੇ ਕਹਿੰਦੇ ਵੀ ਪੰਜਾਬ ਦੇ ਵਿੱਚ ਪੰਜਾਬ ਮਾਡਲ ਲੈ ਕੇ ਆਉਣਗੇ ਅਸੀਂ ਤਾਂ ਭਗਵੰਤ ਮਾਨ ਨੂੰ ਵੋਟਾਂ ਪਾਵਾਂਗੇ ਹੋਰ ਕਿਸੇ ਨਹੀਂ ਪਾਉਣੀਆਂ ਤੁਹਾਨੂੰ ਲੱਗਦਾ ਵੀ ਜਿਹੜਾ ਇਹ ਮੁਫਤਖੋਰੀ ਵਾਲਾ ਕਹਿੰਦੇ ਨੇ 1000 ਰੁਪਿਆ 2000 ਰੁਪਿਆ ਵੀ ਹੋਣਾ ਚਾਹੀਦਾ ਕਿ ਨਹੀਂ ਨਹੀਂ ਇਹ ਸੀ ਕੀ ਕਰਨਾ ਜਦੋਂ ਸਾਡਾ ਕੰਮ ਹੀ ਚੱਲ ਪਿਆ ਅਸੀਂ ਮੁਫਤ ਕੀ ਕਰਨੇ ਆ ਨਹੀਂ 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 ਜਦੋਂ ਸਾਡੀ ਇੱਥੇ 250 ਰੁਪਿਆ 200 ਰੁਪਏ ਦਿਹਾੜੀ ਮਿਲ ਗਈ ਅਸੀਂ ਮੁਫਤ ਕੀ ਕਰਨਾ ਕੁਛ ਵੀ ਨਹੀਂ ਲੈਣਾ ਅਸੀਂ ਕੰਮ ਕਰ ਸਕਦੇ ਨਰੇਗਾ ਦਾ ਬਾਕੀ ਜਿਹੜੇ ਸਾਡੇ ਬੱਚੇ 12-12 ਪੜ੍ਹੇ ਪਲੱਸ 2 ਕੀਤੀ ਦੋ ਦੋ ਤਿੰਨ ਤਿੰਨ ਘਰਾਂ ਦੇ ਵਿੱਚ ਫਿਰਦੇ ਆ ਉਹਨਾਂ ਨੂੰ ਨੌਕਰੀਆਂ ਤਾਂ ਦੇਵੇ ਸਰਕਾਰ ਹਾਂਜੀ ਇਹ ਮਾਹੌਲ ਸਾਨੂੰ ਤਾਂ ਹੀ ਲੱਗਦਾ ਸਾਨੂੰ ਤਾਂ ਹੁਣ ਮਿਹਨਤ ਪੱਲੇ ਪੈਂਦੀ ਨਹੀਂ ਉਨੀ ਛੱਡਦਾ ਪੱਲੇ ਫਿਰ ਇਹ ਝਾਕੀ ਨੇ ਬੈਠੇ ਵਾ ਘਰੇ ਜੋ ਕੰਮ ਆਉਂਦਾ ਕਿਤੇ 6-7 ਦਿਨਾਂ ਦਾ ਕਿਤੇ 5 ਦਿਨਾਂ ਨਾਲ ਕਿਤੇ 3 ਦਿਨਾਂ ਦਾ ਕੰਮ ਉਦੋਂ ਆ ਜਾਂਦੇ ਆ ਤੇ ਘਰੇ ਬੈਠੇ ਝਾਕੀ ਜਾਂਦੇ ਆ ਵੀ ਹੁਣ ਵੀ ਕੰਮ ਮਿਲਦਾ ਹੁਣ ਵੀ ਕੰਮ ਮਿਲਦਾ ਸਾਨੂੰ ਤਾਂ ਕੰਮ ਮਿਲਣਾ ਚਾਹੀਦਾ ਜੇ ਪਿੰਡ ਦੀ ਗੱਲ ਕਰਦੇ ਆ ਜਿਵੇਂ ਬਿੱਲ ਬੁੱਲ ਮਾਫ ਹੋਏ ਆ ਕਰਜ਼ਾ ਮਾਫੀ ਹੋਈ ਆ ਹੋਰ ਬਹੁਤ ਕੁਝ ਕਿਹਾ ਗਿਆ ਹੈਗਾ ਹਾਂਜੀ ਹਾਂ ਇਹਦਾ ਹੈਗਾ ਉਹ ਪੈਨਸ਼ਨ ਪੁਨਸਲ ਉਹ ਲੱਗੀ ਬਿੱਲ ਬੁੱਲ ਮਾਫ ਹੋਏ ਹਾਂਜੀ ਹਾਂ ਉਹਦਾ ਵਿੱਚ ਹੈਗੇ ਆ ਮਾਫ ਹਾਂ ਹੈਗੇ ਵਿੱਚ ਮਾਫ ਨਹੀਂ ਹੈ ਵਿੱਚ ਮਾਫ ਹੈਗੇ ਜਿਹੜੀ ਪਿਛਲੀ ਚੰਨੀ ਸਰਕਾਰ ਕੰਮ ਵਧੀਆ ਕਰੇ ਹਾਂਜੀ ਹਾਂ ਆਹ ਕੰਮ ਵਧੀਆ ਹੁਣ ਤੱਕ ਕਰੀ ਜਾਂਦੇ ਉਹਦਾ ਹਾਂ ਹੁਣ ਵੀ ਕਰੀ ਜਾਂਦੇ ਕੰਮ ਤਾਂ ਪਰ ਸਾਨੂੰ ਨਹੀਂ ਕੰਮ ਮਿਲਦਾ ਗਾ ਜਾਂ ਸਾਡਾ ਕੰਮ ਹੈਗਾ ਸਾਡਾ ਕੰਮ ਚੱਲਦਾ ਚਾਹੀਦਾ ਮਹੀਨਾ 20 ਦਿਨ ਦਾ ਕੰਮ ਚੱਲਣਾ ਚਾਹੀਦਾ ਸਾਡਾ ਐਤਕੀ ਫਿਰ ਐਮਐਲਏ ਕਿਹੜੀ ਪਾਰਟੀ ਦਾ ਬਣਾ ਰਹੇ ਹੋ ਹੈ ਐਮਐਲਏ ਇਹਦਾ ਹੁਣ ਛੱਡਦਾ ਕੀ ਸਾਰਿਆਂ ਦੀ ਹੈਂ ਆਪਾਂ ਕਹਿੰਦੇ ਜਿਹੜਾ ਕੰਮ ਕਰੂਗਾ ਆਪਣਾ ਉਹ ਐਮਐਲਏ ਬਣ ਜੇ ਬਸ ਆਈ ਬਾਂਹ ਫੜੇ ਸਾਡੀ ਗਰੀਬਾਂ ਦੀ ਸਾਡੀ ਤਾਂ ਕੋਈ ਰੋਜ਼ੀ ਚੱਲੇ ਹੈਂ ਤੇ ਰੋਜ਼ੀ ਚੱਲੇ ਤੇ ਸਾਡੇ 2 ਪੈਸੇ ਬਣਨ ਹੈਂ ਸਾਡੇ 2 ਪੈਸੇ ਬਣ ਗਏ ਤੇ ਸਾਨੂੰ ਵੀ ਸ਼ੌਕ ਹੈ ਵੋਟਾਂ ਪਾਵਾਂਗੇ ਫੇਰ ਹੀ ਪਾਵਾਂਗੇ ਅਸੀਂ ਵੋਟਾਂ ਜੇ ਸਾਡੇ 2 ਪੈਸੇ ਬਣ ਗਏ ਫੇਰ ਵੋਟਾਂ ਪਾਵਾਂਗੇ ਜਦੋਂ ਅਸੀਂ ਵੋਟਾਂ ਵੀ ਹੁਣ ਕਾਹਦੀ ਖਾਤਰ ਪਾਈਏ ਜਦੋਂ ਸਾਨੂੰ ਕੰਮ ਨਹੀਂ ਮਿਲਦਾ ਕੋਈ ਪੈਸਾ ਨਹੀਂ ਆਉਂਦਾ ਕੋਈ ਹੋਰ ਨਹੀਂ ਆਉਂਦਾ ਫੇਰ ਹੈ ਸਾਨੂੰ ਤਾਂ ਵੋਟਾਂ ਜ਼ਰੂਰ ਪਾਉਣੀਆਂ ਵੋਟਾਂ ਪਾਉਣੀਆਂ ਸਰਕਾਰ ਹੀ ਨੂੰ ਪਾਉਣੀਆਂ ਇਹ ਤਾਂ ਹੋਰ ਤਾਂ ਹੁਣ ਕਿਹਨੂੰ ਪਾ ਨਹੀਂ ਸਕਦੇ ਘਰੇ ਨਹੀਂ ਰੱਖ ਸਕਦੇ ਵੋਟਾਂ ਨਾ ਅਸੀਂ ਘਰੇ ਰੱਖ ਸਕਦੇ ਹਾਂ ਨਾ ਰੱਖੀਏ ਪਹਿਲਾਂ ਜੇ ਵੋਟ ਰੱਖ ਲਈ ਨਾ ਪਾਈ ਫੇਰ ਵੀ ਕੰਮ ਨੇ ਤੇ ਉਦਾਂ ਉਦਾਂ ਹੀ ਕਦਰ ਹੈ ਉਹਦੀ ਜੇ ਕਿਸੇ ਦੇ ਕੰਮ ਆਜੂ ਤਾਂ ਠੀਕ ਹੈ ਕਿਸੇ ਦੇ ਕੰਮ ਆਜੂ ਵੋਟ ਸਾਡੀ ਠੀਕ ਹੈ ਪਰ ਇਹ ਵੀ ਸਹੀ ਸਹੀ ਪਾਰਟੀ ਨੂੰ ਸਹੀ ਬੰਦੇ ਨੂੰ ਪਾਓ ਹਾਂ ਸਹੀ ਨੂੰ ਪਾਵਾਂਗੇ ਦੇਖ ਕੇ ਪਾਵਾਂਗੇ ਅਸੀਂ ਵੋਟ ਜਿਹਨੂੰ ਵੀ ਆਹ ਸਾਨੂੰ ਕੰਮ ਦੇਊਗਾ ਜਗ੍ਹਾ ਤਾਂ ਠੀਕ ਹੋ ਜਾਣਗੇ ਆਪੇ ਜਦੋਂ ਰੋਜ਼ਗਾਰ ਮਿਲ ਗਿਆ ਬੱਚੇ ਨੌਕਰੀਆਂ ਤੇ ਲੱਗ ਗਏ ਜੇ ਤੁਹਾਡੇ ਪਿੰਡਾਂ ਦੀ ਗੱਲ ਕਰਦੇ ਆ ਨਿਹਾਲ ਸਿੰਘ ਵਾਲੇ ਏਰੀਏ ਦੀ ਗੱਲ ਕਰਦੇ ਆ ਇੱਥੇ ਨਿਹਾਲ ਸਿੰਘ ਵਾਲੇ ਵੀ ਜਾਂਦੇ ਹੋਵੋਗੇ ਉੱਥੇ ਕੰਮ ਹੋਇਆ ਸ਼ਹਿਰ ਦੇ ਵਿੱਚ ਕੋਈ ਕੰਮ ਕੁੰਮ ਹੋਇਆ
ਹਾਂ ਜੀ ਕਰੇ ਹੂ ਸ਼ਹਿਰ ਦੇ ਵਿੱਚ ਕੰਮ ਤਾਂ ਹੋਈ ਜਾਂਦੇ ਰਹਿੰਦੇ ਪਰ ਸਾਡੇ ਲਈ ਜਿਹੜਾ ਕੰਮਾਂ ਨਾਲ ਸਾਨੂੰ ਕੀ ਪ੍ਰੋਬਲਮ ਆ ਜਦੋਂ ਸਾਡੇ ਘਰ ਦੇ ਵਿੱਚ ਬੇਰੋਜ਼ਗਾਰ ਬੱਚੇ ਬੈਠੇ ਆ ਦੂਜੇ ਕੰਮਾਂ ਨੂੰ ਅਸੀਂ ਕੀ ਕਰਾਂਗੇ ਸਰਕਾਰੀ ਕੰਮਾਂ ਨੂੰ ਟੈਸਟ ਅਸੀਂ ਸਕੂਲ ਹਸਪਤਾਲ ਦੇ ਵਿੱਚ ਜਾ ਕੇ ਖੁਦ ਕਰਵਾ ਸਕਦੇ ਹਾਂ ਜਦੋਂ ਸਾਡੇ ਕੋਲ ਜੇਬ ਦੇ ਵਿੱਚ ਪੈਸੇ ਹੋਣਗੇ ਨੌਕਰੀ ਹੋਊਗੀ ਸਾਡੇ ਬੱਚਿਆਂ ਕੋਲੇ ਤੁਹਾਡੇ ਪਿੰਡਾਂ ਦੇ ਵਿੱਚ ਇੱਧਰ ਨਸ਼ਾ ਹੈਗਾ ਵਾਧੂ ਬਹੁਤ ਜ਼ਿਆਦਾ ਸਾਡੇ ਘਰਾਂ ਦੇ ਵਿੱਚ ਹੈਗਾ ਸ਼ਰਾਬ ਦੇ ਠੇਕੇ ਖੁੱਲੇ ਹੋਏ ਸਾਡੇ ਘਰਾਂ ਦੇ ਵਿੱਚ ਉਹ ਸਰਕਾਰ ਬੰਦ ਕਰੇ ਸਾਡੇ ਪਿੰਡ ਦੇ ਵਿੱਚੋਂ ਠੇਕੇ ਚੱਕੇ ਜਾਣ ਕੋਈ ਲਿਮਟ ਦੇ ਨਾਲ ਸ਼ਰਾਬ ਮਿਲੇ ਲਿਮਟ ਦੇ ਵਿੱਚ ਰਹਿ ਕੇ ਨਸ਼ਾ ਵਿਕੇ ਜਾਂ ਸ਼ਰਾਬ ਲਿਮਟ ਦੇ ਵਿੱਚ ਵੀ ਹੁੰਦੀ ਆ ਤੁਹਾਨੂੰ ਪਤਾ ਹੀ ਆ ਲਿਮਟ ਕੀ ਹੁੰਦੀ ਆ ਸ਼ਰਾਬ ਦੀ ਉਹ ਲਿਮਟ ਦੇ ਵਿੱਚ ਸ਼ਰਾਬ ਮਿਲੇ ਉਹ ਵੀ ਤਾਂ ਹੋ ਸਕਦਾ ਜਿਹੜੇ ਇਹ ਘਰਾਂ ਦੇ ਵਿੱਚ ਹੀ ਆਪਾਂ ਆਮ ਹੀ ਹੋ ਜਾਂਦਾ ਸਾਡੇ ਵੀ ਦੋ ਬੋਤਲਾਂ ਲੈ ਆਉਂਦੇ ਤਿੰਨ ਬੋਤਲਾਂ ਕੋਈ ਲਿਮਟ ਹੋ ਗਈ ਸਾਡੇ ਘਰਾਂ ਦੇ ਵਿੱਚ ਨਸ਼ਾ ਪਿੰਡ ਨੂੰ ਅਸੀਂ ਕੀ ਕਰਾਂਗੇ ਬਾਕੀ ਦੂਜੀ ਗੱਲ ਹੋਰ ਸਰਕਾਰੀ ਕੰਮ ਅਸੀਂ ਕੀ ਕਰਾਂਗੇ ਜਦੋਂ ਹਸਪਤਾਲ ਦੇ ਵਿੱਚ ਜਾਂਦੇ ਹਾਂ ਜਦੋਂ ਨੌਕਰੀ ਹੋਊਗੀ ਫਿਲਹਾਲ ਬੱਚਿਆਂ ਦੇ ਕੋਲ ਅਸੀਂ ਆਪੀ ਟੈਸਟ ਕਰਵਾਵਾਂਗੇ ਤੁਹਾਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਕੋਈ ਲੀਡਰ ਹੈਗਾ ਜਿਹੜਾ ਆਮ ਲੋਕਾਂ ਦੀ ਜਿਵੇਂ ਚੰਨੀ ਸਾਹਿਬ ਕਹਿੰਦੇ ਵੀ ਮੈਂ ਆਮ ਘਰ ਦਾ ਮੁੰਡਾ ਗਾ ਮੁੱਖ ਮੰਤਰੀ ਬਣਿਆ ਗਾ ਭਗਵੰਤ ਸਿੰਘ ਮਾਨ ਵੀ ਕਹਿੰਦੇ ਆਮ ਆਦਮੀ ਪਾਰਟੀ ਵੀ ਕਹਿੰਦੇ ਵੀ ਆਮ ਘਰ ਦੇ ਹਾਂ ਅਸੀਂ ਤੁਹਾਨੂੰ ਲੱਗਦਾ ਵੀ ਕੋਈ ਲੀਡਰ ਹੈਗਾ ਜਿਹੜਾ ਵਧੀਆ ਲੋਕਾਂ ਦੀ ਸੁਣੂਗਾ ਕਹਿ ਨਹੀਂ ਸਕਦੇ 30 ਸਾਲ ਦੀ ਮੇਰੀ ਏਜ ਆ 30 ਸਾਲ ਦੇ ਵਿੱਚ ਕੁਛ ਵੀ ਨਹੀਂ ਬਦਲਿਆ ਲਾਦੀ ਦਾ ਫਿਰ ਹੁਣ ਅਸੀਂ ਅੱਗੇ ਆਸ ਕੀ ਕਰ ਸਕਦੇ ਹਾਂ ਜਦੋਂ ਇੰਨੇ ਟਾਈਮ ਦੇ ਵਿੱਚ ਕੁਛ ਵੀ ਨਹੀਂ ਬਦਲਿਆ ਰੋਜ਼ ਦਾ ਖਰਚਾ ਹੋਣਾ ਚਾਹੀਦਾ 100 ਰੁਪਿਆ ਰੋਜ਼ ਦਾ ਖਰਚਾ ਕਿੰਨੀ ਮਹਿੰਗਾਈ ਹੈ ਪੈਨਸ਼ਨ 3000 ਹੋਣੀ ਚਾਹੀਦੀ ਸਾਡੇ ਵਰਗੇ ਬੁੜਿਆਂ ਦੀ ਮਹੀਨੇ ਦੀ ਤਾਂ ਦਵਾਈ ਨਰਕ ਨੂੰ ਅਸੀਂ ਤਰਸਦੇ ਵੀ ਇਹ ਸਰਕਾਰ ਦੇ ਜਾਵੇ ਨਰੇਗੇ ਦਾ ਕੰਮ ਸਾਨੂੰ ਬਹੁਤ ਮਹੀਨੇ ਦਾ ਆਉਂਦਾ ਲੱਗਦੇ ਇੱਥੇ ਤੁਸੀਂ ਰੋਟੀ ਖਾ ਲਓਗੇ ਰੋਟੀ ਜਿਹੜੇ ਅਸੀਂ ਗਰੀਬ ਇੱਥੇ ਖਾਂਦੇ ਆ ਲਵਸ਼ਰ ਇੱਥੇ ਬਿੰਦ ਘੰਟਾ ਬਹਿ ਕੇ ਕਿਰਤ ਕਮਾਈ ਇਹ ਆ ਅਵਸਰ ਆਪਣੇ ਕਿਵੇਂ ਬਹਿ ਬਹਿ ਕੇ ਕਿੰਨੀ ਨਫ਼ਰਤ ਮੰਨਦੇ ਆਪਾਂ ਤੋਂ ਅਸੀਂ ਨਫ਼ਰਤ ਨਹੀਂ ਮੰਨਦੇ ਇੱਥੇ ਆਹ ਕੰਮਾਂ ਤੋਂ ਅਸੀਂ ਕਹਿੰਦੇ ਕੰਮ ਕਰੋ ਹੱਕ ਦਾ ਹੱਕ ਦੀ ਖਾਓ ਸਾਨੂੰ ਹੱਕ ਦੇ ਦਿਓ ਬਸ ਪੈਸੇ ਸਾਡਾ ਆਹੀ ਮਸਲਾ ਬਸ 50 ਸਾਲ ਹੋ ਗਏ ਪੁੱਤ ਵੋਟਾਂ ਪਾਉਂਦਿਆਂ ਨੂੰ ਤੇ ਹੁਣ ਤਾਂ ਸਾਨੂੰ ਨਾ ਕੋਈ ਪੰਜੀ ਨਾ ਕੋਈ ਦੁੱਗੀ ਕਿਆ ਪੈਸਾ ਇਹ ਵੀ ਕਿਤੇ ਦਿੰਦੇ ਆ 1500 ਕਿਤੇ ਕਹਿ ਦਿੰਦੇ ਹਜੇ ਆਈ ਨੀ ਜਾਣੇ ਮਿੱਠੀਆਂ ਮਿਰਚਾਂ ਦੇ ਜਾਂਦੇ ਆ ਸਾਨੂੰ 5 ਸਾਲ ਫੇਰ ਸਾਡੀ ਕੋਈ ਬਾਤ ਨੀ ਪੁੱਛਦਾ ਹੈ ਚਾਹੇ ਕਾਂਗਰਸ ਆ ਜਾਏ ਚਾਹੇ ਅਕਾਲੀ ਆ ਜਾਏ ਸਰਕਾਰ ਕੋਈ ਹੋਵੇ ਸਾਡੀ ਬਾਹ ਫੜੇ ਘੰਟਾ ਢੋਂਦਿਆ ਨੀ ਸਾਡੀ ਕੋਈ ਸੁਣਵਾਈ ਨੀ ਕੋਈ ਲੈਣਾ ਨੀ ਦੇਣਾ ਨੀ ਪਿੰਡ ਚ ਜਿਹੜੇ ਹੋਰ ਮੋਹਤਵਾਰ ਜਿਹੜੇ ਪਾਰਟੀਆਂ ਦੇ ਮੂਹਰੇ ਸਰਪੰਚ ਸਰਪੰਚ ਹੁੰਦੇ ਆ ਜਾਂ ਹੋਰ ਵੱਖੋ ਵੱਖ ਪਾਰਟੀਆਂ ਦੇ ਲੀਡਰ ਪਿੰਡਾਂ ਚ ਵੀ ਹੁੰਦੇ ਆ ਉਹ ਗੱਲ ਬਾਹ ਬੂਹ ਫੜਦੇ ਆ ਕਿ ਨਹੀਂ ਉਹ ਕਾਹਦੀ ਬਾਹ ਫੜਦੇ ਆ ਪਹਿਲਾਂ ਸਾਡਾ ਸਰਪੰਚ ਸਾਹਿਬ ਸੀਗਾ ਉਹਦੇ ਤੇ ਵਿਚਾਰੇ ਤੇ ਕੋਈ ਮਾੜਾ ਜਿਹਾ ਤਾਂ ਫਾਇਦਾ ਗਿਆ ਸੀ ਤੇ ਹੁਣ ਤਿਕਰ ਕੰਮ ਮਸਾਂ ਰੋਟ ਆਇਆ ਗਾ ਤੇ ਵੈਸੇ ਚੰਗਾ ਜਿਹੜਾ ਕੰਮ ਕਰਵਾਈ ਜਾਂਦਾ ਜਿੰਨੇ ਕੁ ਜੋਕਰ ਹੈਗਾ ਤੇ ਪਰ ਕੋਈ ਨਹੀਂ ਇੱਥੇ ਹਾਲ ਕੋਈ ਨਹੀਂ ਪਿੰਡ ਦਾ ਹਾਲ ਕੋਈ ਨਹੀਂ ਹਾਂ ਤੇ ਬਾਕੀ ਜਿਹੜੇ ਆੜ ਗਵਾਂਢ ਦੇ ਪਿੰਡ ਆ ਸਾਰੇ ਕਿਤੇ ਇਹੀ ਹਾਲ ਆ ਨਹੀਂ ਗਾਹਾਂ ਤਾਂ ਆਪਾਂ ਤਾਂ ਆਪਦੇ ਪਿੰਡ ਦੀ ਸਾਂਹ ਦਿੰਨੇ ਆ ਹਾਂ ਕਿਉਂ ਬਾਈ ਆ ਰਾਮਗੜ੍ਹੀ ਦੇਖ ਲਾ ਕਹੇ ਜੇ ਮਰਾਈਆਂ ਪਈਆਂ ਬੀਆਂ ਕੋਲੇ ਆ ਸੰਗਰੂਰ ਚ ਆ ਗਿਆ ਰਾਮਗੜ੍ਹ ਕਰਤੂਤ ਦਾ ਪਤਾ ਲੱਗ ਜੂ ਸਾਡੇ ਪਿੰਡ ਦੀ ਵੀ ਆਹ ਕਰਤੂਤ ਆ ਹਾਂ ਰੱਜਿਆ ਨਾ ਪਿੰਡ ਗਹੀਰਿਆਂ ਤੋਂ ਦਿਸ ਪੈਂਦਾ ਵੀ ਇਹ ਰੱਜਿਆ ਵਾ ਪਿੰਡ ਆ ਗਹੀਰੇ ਲੱਗੇ ਵੇ ਹੁੰਦੇ ਆ ਉੱਥੇ ਵੀ ਫਿਰ ਉੱਥੇ ਮਾਤੜ ਤੋਂ ਮਾਤੜ ਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਰੱਜਿਆ ਵਾ ਪਿੰਡ ਤੈਨੂੰ ਮੈਂ ਦੱਸਾਂਗਾ ਬਾਈ ਜੀ ਉਹ ਕੋਈ ਕਿਸੇ ਤੋਂ ਡਰ ਨਹੀਂ ਕਿਸੇ ਦਾ ਸਾਨੂੰ ਭਾਉ ਨਹੀਂ ਅਸੀਂ ਲਲਕਾਰ ਕੇ ਆਉਂਦੇ ਹਾਂ ਇਹ ਗੱਲ ਹਾਂ ਜਿਹੜੀ ਸੱਚੀ ਗੱਲ ਆ ਉਹ ਕਹਿਣੇ ਨੂੰ ਰੁਕਦੇ ਭਾਵੇਂ ਸਾਡਾ ਸਰੀਰ ਉੱਡ ਜੇ ਅਸ ਤਾਂ ਕਹਿੰਦੇ ਵੀ ਸਾਡੇ ਤਾਂ ਕਰਜ਼ੇ ਵੀ ਮਾਫ਼ ਹੋ ਗਏ ਚੰਨੀ ਸਾਹਿਬ ਨੇ ਕਰੇ ਆ ਤੇ ਟੂਟੀਆਂ ਦੇ ਬਿੱਲ ਵੀ ਸਾਡੇ ਮਾਫ਼ ਹੋ ਗਏ 20,000 ਦੇਣਾ ਹਾਂਜੀ ਮਾਫ ਨਹੀਂ ਹੋਇਆ ਮੇਰੇ ਮੁੰਡੇ ਨੇ ਕਰਜ਼ਾ ਚੱਕਿਆ ਸੀ ਇਹ ਕਹਿੰਦੇ ਮਾਫ ਹੋ ਗਿਆ ਨਹੀਂ ਇਹ ਅੱਡੋ ਹਾਂਜੀ ਸਾਡਾ ਉਹਦਾ ਮਾਫ ਨਹੀਂ ਹੋਇਆ ਮੇਰੇ ਰੱਖੀ ਦਾ ਨਹੀਂ ਹੋਇਆ ਤੇ 50,000 ਸੀ ਤੇ 20,000 ਰਹਿੰਦਾ 30 ਉਹਨੇ ਭਰਤਾ ਉਹ ਮਾਫ ਹੋਣਾ ਚਾਹੀਦਾ
झाड़ू वाले उन्होंने काम कुम कराया आए पिंड कोई होया नहीं इत्थे पिंड विच काम साडे आया ही नहीं उन्होंने शक्ल ही नहीं दिखाई अज तक आके साडे पिंड दे विच हमतपुरे च ना साडी कैप्टन सरकार ने कुछ कीता साढ़े चार साल सौ गया मौज ना गरीब जनता का पासा ही नहीं लद्दिया उन्होंने अज तक ਅਸੀਂ ਉਹਦੀ ਸਰਕਾਰ ਨਹੀਂ ਚਾਹੁੰਦੇ ਫਿਰ ਤੁਹਾਨੂੰ ਕਿਹੜੇ ਵਧੀਆ ਲੱਗਦੇ ਨੇ ਕਿਹੜੇ ਉਮੀਦਵਾਰ ਜਾਂ ਕਿਹੜਾ ਕੈਂਡੀਡੇਟ ਜਾਂ ਕਿਹਨੂੰ ਲੱਗਦਾ ਵੀ ਕੌਣ ਮੁੱਖ ਮੰਤਰੀ ਬਣਨਾ ਚਾਹੀਦਾ ਸਾਨੂੰ ਨਵਜੋਤ ਸਿੱਧੂ ਬਣਨਾ ਚਾਹੀਦਾ ਨਵਜੋਤ ਸਿੱਧੂ ਤੇ ਚੰਨੀ ਸਾਹਿਬ ਚੰਨੀ ਸਾਹਿਬ ਵੀ ਉਹ ਮੰਤਰੀ ਚਾਹੀਦੇ ਆ ਅੱਛਾ ਉਹ ਕੱਲੇ ਮੰਤਰੀ ਚਾਹੀਦੇ ਆ ਨਹੀਂ ਮੁੱਖ ਮੰਤਰੀ ਤਾਂ ਇੱਕ ਹੀ ਬਣੂ ਨਾ ਨਹੀਂ ਅਸੀਂ ਉਹੀ ਬਣਾਉਣਾ ਚੰਨੀ ਸਾਹਿਬ ਨੂੰ ਨਾਲੇ ਕਹਿੰਦਾ ਨਵਜੋਤ ਸਿੱਧੂ ਚਾਹੀਦਾ ਨਵਜੋਤ ਸਿੱਧੂ ਨੂੰ ਵੀ ਅਸੀਂ ਬਣਾ ਲਾਂਗੇ ਨਾਲ ਹਿੱਸੇਦਾਰ ਰੱਖ ਲਾਂਗੇ ਨਾਲ ਹਿੱਸੇਦਾਰ ਰੱਖ ਲਾਂਗੇ ਨਾਲ ਅੱਛਾ ਵੀ ਦੋ ਚਾਹੀਦੇ ਆ ਤੇ ਇੱਕ ਛੋਟਾ ਮੁੱਖ ਮੰਤਰੀ ਇੱਕ ਵੱਡਾ ਹਾਂ ਹੋਰ ਸਾਨੂੰ ਬਸ ਇਹੀ ਸਾਡੇ ਲਿਖੇ ਪਲੱਸ ਟੂ ਕੀਤੀ ਆ ਉਹਨਾਂ ਨੂੰ ਸਰਕਾਰ ਨੌਕਰੀਆਂ ਦੇਵੇ ਆਟਾ ਦਾਲ ਅਸੀਂ ਆਪ ਹੀ ਲੈ ਲਾਂਗੇ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਜਿਹੜੇ ਪਲੱਸ ਟੂ ਕੀਤੀ ਆ ਜਿਹੜੇ ਹੋਰ ਸਾਡੇ ਭੈਣ ਭਾਈ ਫਿਰਦੇ ਆ ਪਲੱਸ ਟੂ ਕਰ ਲਈ ਬੀਏ ਕਰ ਲਈ ਨੈਟ ਟੈਟ ਪਾਸ ਕਰੀ ਫਿਰਦੇ ਆ ਉਹਨਾਂ ਨੂੰ ਨੌਕਰੀ ਚਾਹੀਦੀ ਆ ਜਿਹੜੇ ਅਸੀਂ ਆਮ ਬੇਰੁਜ਼ਗਾਰ 8 ਪੜ੍ਹ ਕੇ 6 ਪੜ੍ਹ ਕੇ ਬਾਕੀ ਸਾਡੇ ਮਾਤਾ ਭੈਣਾਂ ਸਾਹਿਬ ਬੈਠੇ ਆ ਸਾਨੂੰ ਨਰੇਗਾ ਦਾ ਕੰਮ ਇਹਨਾਂ ਨੂੰ ਨਰੇਗਾ ਦਾ ਕੰਮ ਚਾਹੀਦਾ ਆਟਾ ਦਾਲ ਸਕੀਮ ਦਾ ਅਸੀਂ ਆਪ ਹੀ ਲੈ ਲਾਂਗੇ ਜਦੋਂ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਕੀ ਕਹਿੰਦਾ ਨਿਹਾਲ ਸਿੰਘ ਵਾਲਾ ਐਤਕੀ ਫਿਰ ਵੋਟਾਂ 'ਚ ਕਿਹਦਾ ਪਲੜਾ ਭਾਰੀ ਲੱਗਦਾ ਵੋਟਾਂ ਤਾਂ ਇੱਕੋ ਜਿਹੇ ਹੀ ਲੱਗਦੇ ਸਾਰਿਆਂ ਦਾ ਦੋਨਾਂ ਦਿਨਾਂ ਕੰਮ ਕੁੰਮ ਹੋਇਆ ਪਿੰਡ 'ਚ ਨਹੀਂ ਇੰਨਾ ਬਾਹਲਾ ਨਹੀਂ ਹੋਇਆ ਕੰਮ ਉਹ ਤਾਂ ਦੇਖੇ ਹੀ ਨਹੀਂ ਸੀ ਇੱਕ ਯਾਰ ਕੌਣ ਆ ਜਿਹੜਾ ਬਿਲਾਸਪੁਰ ਵਾਲਾ ਪਾਰਟੀਆਂ ਕਿੱਥੇ ਦੋਨੇ ਤਾਂ ਦੇਖ ਲਈਆਂ ਕਾਂਗਰਸ ਵੀ ਦੇਖ ਲਈ ਅਕਾਲੀ ਵੀ ਦੇਖ ਲਏ ਪਰ ਚੱਕਰ ਤਾਂ ਵਿੱਚ ਇਹ ਆ ਹੁਣ ਫਿਰ ਆਮ ਵਾਲੇ ਹੋਣੀ ਕਿਸੇ ਕਰਮ ਜਰਮ ਤੇ ਹੁਣ ਕਰਕੇ ਕੀ ਜੀਦਾ ਇੱਕ ਤਾਂ ਆਮ ਉਹਨਾਂ ਨੂੰ ਸੀਗਾ ਆਮ ਪਾਰਟੀ ਨੂੰ ਲਿਆਉਣ ਨੂੰ ਹੁਣ ਇਹਦਾ ਬੰਦਾ ਹੈ ਨਹੀਂਗਾ ਸਾਰੇ ਪੰਜਾਬ ਨੂੰ ਦੇਖਦੇ ਆ ਮੁੱਖ ਮੰਤਰੀ ਕੀ ਲੱਗਦਾ ਕਿਹੋ ਜਿਹਾ ਚਿਹਰਾ ਹੋਣਾ ਚਾਹੀਦਾ ਕਿਹੜਾ ਹੋਣਾ ਚਾਹੀਦਾ ਮੁੱਖ ਮੰਤਰੀ ਤਾਂ ਬੇਅੰਤ ਆਪਣੇ ਹੀ ਚਾਹੀਦਾ ਭਗਵੰਤ ਮਾਨ ਹੀ ਚਾਹੀਦਾ ਹਾਂ ਇਹ ਲਿਆਉਣਾ ਕਿਹੜਾ ਇਹਨੂੰ ਦੇਖੀਏ ਵੀ ਕੀ ਬਣਦਾ ਕੀ ਨਹੀਂ ਬਣਦਾ ਇਹ ਲਿਆਵੇ ਤਾਂ ਹੋ ਸਕਦਾ ਵੀ ਪਿੰਡ ਦੇ ਵਿੱਚ ਕੁਛ ਨਾ ਕੁਛ ਮਾੜੀ ਮੋਟੀ ਹਰੇ ਬਾਈ ਅੱਜ ਤਾਂ ਆਈ ਜਾਵੇ ਨਹੀਂ ਤਾਂ ਸੁੱਕੇ ਤਾਂ ਪਈ ਆ ਪਿੰਡ ਤਾਂ ਸਾਰੇ ਸਾਨੂੰ ਪਤਾ ਹੀ ਆ ਵੀ ਸੁੱਕੇ ਵੇ ਆ ਸਾਰੇ ਲਾਂਘੇ ਮੁੜੀ ਤਰੇ ਜਾਂਦੇ ਆ ਚਾਹੇ ਕੋਈ ਸਰਪੰਚ ਬਣ ਜੇ ਚਾਹੇ ਕੋਈ ਮੈਂਬਰ ਬਣ ਜੇ ਕੁਛ ਵੀ ਬਣ ਜੇ ਚਰਨਜੀਤ ਸਿੰਘ ਚੰਨੀ ਕਿਵੇਂ ਲੱਗਦੇ ਆ ਬਸ ਉਹ ਵੀ ਠੀਕ ਆ ਪਰ ਉਹਨੇ ਤਾਂ ਵਿਚਾਰੇ ਨੇ ਯਾਰ ਹੁਣ ਗੱਲਾਂ ਹੀ ਮਾਰੀ ਜਾਂਦਾ ਉਹਨੇ ਕਰਿਆ ਤਾਂ ਕੁਛ ਹੈ ਨਹੀਂ ਜੇ ਕਹਦਾ ਵੀ ਮੈਂ ਉੱਧਰ ਨੱਚਣ ਵਾਲਾ 'ਚ ਉੱਧਰ ਵੀ ਆਖੂ ਮੈਂ ਪਹਿਲਾਂ ਸੀਗਾ ਅਤੇ ਜੇ ਕਹਦਾ ਵੀ ਮੈਂ ਇੱਧਰ ਆਪਣੇ ਫਲਾਨੇ ਪਾਸੇ ਗਰਾਂਡਾ ਦੇ 'ਚ ਆ ਉਹ ਵੀ ਆਖੂ ਮੈਂ ਸਭ ਤੋਂ ਪਹਿਲਾਂ ਸੀਗਾ ਪਤਾ ਤਾਂ ਇਹ ਹੈ ਨਾ ਵੀ ਸਾਰਾ ਕੁਛ ਜਿਹੜਾ ਵੀ ਕਰਨਾ ਲੋਕਾਂ ਨੂੰ ਜਿਹੜੀ ਮਹਿੰਗਾਈ ਆ ਇਹਨੂੰ ਥੱਲੇ ਲੈ ਕੇ ਆਉਣ ਕੰਮ ਤੇ ਲੋਕਾਂ ਨੂੰ ਲਾਉਣ ਬਾਹਰਲੇ ਮੁਲਕ ਵਾਲਾ ਕੋਈ ਜਗਾੜ ਬਣਾਉਣ ਕੈਪਟਨ ਸਾਹਿਬ ਕਹਿੰਦੇ ਵੀ ਮੈਂ ਤਾਂ ਬਹੁਤ ਵਾਅਦੇ ਪੂਰੇ ਕਰਤੇ ਹੁਣ ਤਾਂ ਕਾਰੀ ਦਿੱਤਣ ਦਾ ਰੂਸਾ ਕੋਲੋਂ ਇੱਕ ਮਿੰਟ ਵੀ ਨਹੀਂ ਪਾਸੇ ਹੋਇਆ ਕਿਉਂ ਬਈ ਉਹ ਤਾਂ ਰੂਸਾ ਕੋਲੋਂ ਇੱਕ ਮਿੰਟ ਵੀ ਨਹੀਂ ਪਾਸੇ ਹੋਇਆ ਉਹਨੇ ਤਾਂ ਵਾਅਦੇ ਪੂਰੇ ਕਾਰੀ ਦਿੱਤੇ ਕਿਉਂ ਬਈ ਆਇਆ ਦੇਖਿਆ ਕਿਸੇ ਨੇ ਆ ਜਿੰਨੇ ਬੰਦੇ ਹੈਗੇ ਆ ਦੱਸੋ ਬਈ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਜਦੋਂ ਮੁੱਕਰ ਜਾਂਦੇ ਸਾਰਿਆਂ ਤੋਂ ਭਰੋਸਾ ਉੱਠ ਗਿਆ ਸਾਡਾ ਠੀਕ ਹੈ ਨਾ ਗੁਟਕੇ ਸਾਹਿਬ ਦੀ ਸੌਂਹ ਖਾ ਕੇ ਕਹਿ ਦਿੰਦੇ ਨੇ ਘੋੜੀਆਂ ਦੇ ਤੀਜੀ ਘੋੜੀ ਦੇ ਦੰਦ ਦੇਖੇ ਜਾਣ ਬਾਹਲੀ ਵਧੀਆ ਗੱਲ ਆ ਇਹ ਤਾਂ ਬੇਕਾਰਨ ਕਾਂਗਰਸ ਵਾਲੇ ਵੀ ਤੇ ਅਕਾਲੀ ਵੀ ਇਹਨਾਂ 'ਚ ਤਾਂ ਕੋਈ ਵੀ ਹੈ ਨਹੀਂ ਬੰਦਾ ਵੀ ਹੁਣ ਤਾਂ ਕੋਈ ਨਵੀਂ ਘੋੜੀ ਇਹਦੇ ਦੰਦ ਦੇਖੀਏ ਤਾਂ ਵਧੀਆ ਗੱਲ ਆ ਅਤੇ ਪਰ ਨਵੀਂ ਘੋੜੀ ਵੀ ਸੜਾਨੀਆਂ ਮਾਰਦੀ ਫਿਰਦੀ ਆ ਜੇ ਕਿਸੇ ਪਾਸੇ ਲੋਟ ਆ ਜੇ ਤਾਂ ਚੱਲ ਪੂ ਕੰਮ ਫਿਰ ਨਵੀਂ ਆਮ ਵਾਲੇ ਉਹਨਾਂ ਦੀ ਤਾਂ ਕੋਈ ਝਾਕ ਹੈਗੀ ਵੀ ਪਿਛਲੀ ਵਾਰ ਵੀ ਤੁਸੀਂ ਆਮ ਆਦਮੀ ਪਾਰਟੀ ਦਾ ਬੰਦਾ ਜਿਤਾਇਆ ਕੰਮ ਕੀਤਾ ਉਹਨੇ ਆਇਆ ਪਿੰਡ 'ਚ ਆਇਆ ਉਹ ਵੀ ਨਹੀਂ ਉਹਨੇ ਵੀ ਨਹੀਂ ਮਗਰ ਬਾਤ ਪੁੱਛੀ ਵੀ ਜਿਤਾ ਤਾਂ ਮੈਨੂੰ ਮੈਂ ਬਾਤ ਹੀ ਪੁੱਛਿਆ ਵਾ ਵੀ ਕੀ ਕਰਦੇ ਹੋ ਕੀ ਨਹੀਂ ਕਰਦੇ ਭਗਵੰਤ ਮਾਨ ਜਦੋਂ ਪਿੰਡ 'ਚ ਆਉਂਦੇ ਨੇ ਇਹਨਾਂ ਨੂੰ ਪੁੱਛਦੇ ਆ ਵੀ ਤੁਹਾਡਾ ਬੰਦਾ ਤਾਂ ਪਿੰਡ 'ਚ ਨਹੀਂ ਵੜਿਆ ਉਹਦੀ ਪੁੱਗਦੀ ਨਹੀਂ ਸੀ ਹੁਣ ਆਊਗਾ ਉਹ ਕੌਣ ਭਗਵੰਤ ਮਾਨ ਨਹੀਂ ਜਿਹੜਾ ਬੰਦਾ ਪਹਿਲਾਂ ਜਿਤਾਇਆ ਸੀ ਉਹ ਇਹ ਕਹਿੰਦੇ ਵੀ ਪਿੰਡ 'ਚ ਨਹੀਂ ਵੜਿਆ ਪੁੱਛਿਆ ਕਦੇ ਭਗਵੰਤ ਮਾਨ ਨੂੰ ਤੁਸੀਂ ਵੀ ਪਿੰਡ 'ਚ ਨਹੀਂ ਆਇਆ ਪਹਿਲਾਂ ਵਾਲਾ ਬੰਦਾ ਨਹੀਂ ਪੁੱਛਿਆ ਫਿਰ ਪੁੱਛੋਗੇ ਐਤਕੀ ਪੁੱਛਾਂਗੇ ਹਾਂ ਪੁੱਛਾਂਗੇ ਮੈਂ ਵੀ ਕਹੂੰ ਵੀ ਕੀ ਗੱਲ ਆਇਆ ਉਹਨਾਂ ਵੋਟਾਂ ਪਾਵਾਂਗੇ ਡਟ ਕੇ ਵੀ ਤੂੰ ਆਇਆ ਕੌਣ ਉਹਨੇ ਪੈਸ ਕਰਾਂਗੇ ਤਾਂ ਵੋਟਾਂ ਪਾਵਾਂਗੇ ਤਾਂ ਬਣਾਵਾਂਗੇ ਉਹ ਆਖੂ ਆਊਗਾ ਅਸੀਂ ਸ਼ਾਬਾਸ਼ ਬਿਆਨ ਲਵਾਂਗੇ ਇਹ ਐਂ ਥੋੜ੍ਹੇ ਵੀ ਡਰ ਜਾਓ ਤਾਂ ਡਰਾਂਗੇ ਐਤਕੀ ਫਿਰ ਤਕੜੇ ਸਵਾਲ ਜਵਾਬ ਹੋਣਗੇ ਜਮ੍ਹਾਂ ਕਰਾਂਗੇ ਠੋਕ ਕੇ ਜਵਾਬ ਕਰਾਂਗੇ ਠੀਕ ਮਤਲਬ ਅਕਾਲੀ ਵੀ ਦੇਖ ਲਈ ਕਾਂਗਰਸ ਦੇਖ ਲਈ ਸਾਡੇ ਰਹਿ ਗਏ ਆਮ ਪਾਰਟੀ ਅਸੀਂ ਆਉਣ ਚੜ੍ਹ ਨੂੰ ਵੋਟ ਪਾਵਾਂਗੇ
ਲੋਕਾਂ ਦਾ ਰੁਝਾਨ ਹੈ ਬੱਚਿਆਂ ਦਾ ਭਾਵ ਹੈ ਲੋਕਾਂ ਦਾ ਰੁਝਾਨ ਆਪ ਵੱਲ ਹੈ ਨਾ ਸਾਰੇ ਚਾਹੁੰਦੇ ਆ ਬਦਲਾਅ ਤਾਂ ਚਾਹੁੰਦੇ ਹੀ ਆ ਵੀ ਹਾਂ ਯਾਰ ਸਾਰੀਆਂ ਪਾਰਟੀਆਂ ਦੇਖ ਲਈਆਂ ਵੀ ਇਸ ਵਾਰ ਦੇਖੋ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਵਧੀਆ ਕੰਮ ਕੀਤੇ ਆ ਸਾਰੇ ਚਾਹੁੰਦੇ ਹੀ ਆ ਬਦਲਾਅ ਦਾ।